ਹਿੰਦੁਸਤਾਨ 'ਚ ਪਹੁੰਚਿਆ ਤੁਸੀਂ ਆਪਣੇ ਲੋਕਲ ਇੱਦਾਂ ਦੀ ਕੋਈ ਹਾਲੇ ਪ੍ਰੋਬਲਮ ਨਹੀਂ ਹੈ, ਪਰਮਾਤਮਾ ਦੀ ਕਿਰਪਾ ਹੈਗੀ ਆ। ਵੈਸੇ USA ਵਰਗੀ ਕੰਟਰੀਆਂ ਤੱਕ ਪਹੁੰਚ ਗਿਆ ਇਹ, ਲੇਕਿਨ ਸਾਡੇ ਅਸੀਂ ਜਿੰਨੀ ਪ੍ਰਕੋਸ਼ਨ ਲੈ ਲਾਂਗੇ ਓਨਾ ਹੀ ਚੰਗਾ ਹੈ। ਅਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ, ਅਤੇ ਖਾਸ ਕਰਕੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕੀਤੀ ਹੈ ਕਿ ਤੁਸੀਂ ਭਾਈ ਇਕੱਠਾਂ 'ਚ ਨਾ ਜਾਓ, ਤਾਂ ਤੁਹਾਡੇ ਜਾਣ ਨਾਲ ਸਾਰਾ ਮਾਹੌਲ ਖਰਾਬ ਹੁੰਦਾ ਹੈ। ਅਤੇ ਬੜਾ ਹੋਲਾ ਮਹੱਲਾ ਤੁਹਾਡੀ ਕਿਰਪਾ ਨਾਲ 3 ਦਿਨ ਲਗਾਤਾਰ ਬੜਾ ਵਧੀਆ ਉੱਥੇ ਸਾਡੀਆਂ ਜਿਹੜੀਆਂ ਮੈਡੀਕਲ ਟੀਮਾਂ ਨੇ ਕੰਮ ਕੀਤਾ। ਮੈਂ ਇਸ ਗੱਲ ਲਈ ਸ਼ਾਬਾਸ਼ ਵੀ ਦਿੰਦਾ ਸਾਰੇ ਡਾਕਟਰ ਸਾਹਿਬਾਨ ਜਿਹੜੇ ਉੱਥੇ ਦਿਨਰਾਤ ਕਰਕੇ ਕੰਮ ਲੱਗੇ ਹੋਏ ਨੇ, ਔਰ ਸਾਡੇ CM ਸਾਹਿਬ ਵੱਲੋਂ ਜੋ ਨਿਰਦੇਸ਼ ਨੇ ਕਿ ਵੀ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ, ਹਰ ਚੀਜ਼ ਉਹਨੂੰ ਪ੍ਰੋਵਾਈਡ ਕੀਤੀ ਜਾਵੇ। ਉਹੀ ਅਸੀਂ ਸਾਰਿਆਂ ਨੇ ਫੈਸਲਾ ਇੱਥੇ ਕੀਤਾ ਕਿ ਵੀ ਅਸੀਂ ਹਰ ਤਰ੍ਹਾਂ ਦਾ ਕੋਈ ਜਿਹੜਾ ਚੈਲੇਂਜ ਆ ਉਹਨੂੰ ਉਹਦੇ ਲਈ ਅਸੀਂ ਪ੍ਰਪੇਅਰ ਹਾਂ। ਇਹ ਡੇਲੀ ਮੀਟਿੰਗ ਹੋਏਗੀ ਜੀ, ਜਿਹੜੇ ਜਿਹੜੇ ਕੋਈ ਸਾਨੂੰ ਜ਼ਰੂਰਤ ਹੋਏਗੀ ਉਹਦੇ ਬਕਾਇਦਾ, ਜਾਂ ਕੋਈ ਫਾਈਨੈਂਸ ਦੀ ਲੋੜ ਆ ਜਾਂ ਕੋਈ ਹੋਰ ਚੀਜ਼ ਲੋੜ ਆ ਜਾਂ ਕੋਈ ਨਵੀਂ ਅਸੀਂ ਡਰਾਈਵ ਚਲਾਉਣੀ ਆ ਉਹਦੇ ਵਾਸਤੇ ਵੀ ਲੋਕਾਂ ਨੂੰ ਕਿਵੇਂ ਸੁਚੇਤ ਕਰਨਾ, ਉਦੋਂ ਦਾ ਰੋਜ਼ ਇਹਦਾ ਅਸੀਂ ਫੈਸਲਾ ਕਰਿਆ ਕਰਾਂਗੇ। ਜਿਹੜੇ ਵਿਦੇਸ਼ੀ ਸੈਲਾਨੀ ਉੱਥੇ ਪਹੁੰਚੇ ਹੋਲਾ ਮਹੱਲਾ ਮੌਕੇ, ਉਹਨਾਂ 'ਚੋਂ ਕੋਈ ਤੁਹਾਡੇ ਕੋਲ ਪਹੁੰਚੀ ਕਿ ਕਿੰਨਿਆਂ ਦੇ ਟੈਸਟ ਹੋਏ, ਕਿਸੇ ਟੈਸਟ ਕਰਵਾਏ? ਦੇਖੋ ਹੁਣ ਤੱਕ 80,000 ਬੰਦੇ ਦੀ ਸਕਰੀਨਿੰਗ ਹੋ ਚੁੱਕੀ ਹੈ, 80,000 ਦੇ ਉੱਤੇ ਪਲੱਸ ਹੋ ਚੁੱਕੀ ਹੈ। ਕੋਈ ਵੀ ਜਿਹੜਾ ਬਾਹਰੋਂ ਚਾਹੇ ਉਹ ਦਿੱਲੀ ਆ ਕੇ ਉਤਰਿਆ, ਚਾਹੇ ਉਹ ਅੰਮ੍ਰਿਤਸਰ ਉਤਰਿਆ, ਚਾਹੇ ਉਹ ਚੰਡੀਗੜ੍ਹ ਮੋਹਾਲੀ ਉਤਰਿਆ, ਉਹਨੂੰ ਹਰ ਬੰਦੇ ਦਾ ਸਕਰੀਨਿੰਗ ਕੀਤੀ ਹੈ। ਇਸ ਸਕਰੀਨਿੰਗ ਤੋਂ ਬਾਅਦ ਜਿਹੜੇ 50-60 ਕੇਸ ਸੀਗੇ ਜਿਹੜੇ ਸਸਪੈਕਟਡ ਸੀਗੇ ਅਸੀਂ, ਉਦੋਂ ਬਾਅਦ ਜਿਹੜੇ 14 ਵਜੇ ਉਹ ਉਹਨਾਂ 'ਚੋਂ ਨਿਕਲ ਕੇ ਆਏ ਨੇ, ਅਤੇ ਜਿਹੜਾ ਅੱਜ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਪਾਇਆ ਤਾਂ ਉਹ ਵੀ ਤਾਂ ਹੀ ਉਸੇ ਸਕਰੀਨਿੰਗ ਕਰਕੇ ਆਇਆ। ਅਤੇ ਇਸ ਲਈ ਪੰਜਾਬ ਸਰਕਾਰ ਦਾ ਜਿਹੜਾ ਹੈਲਥ ਸਿਸਟਮ ਆ ਪੂਰਾ ਇਸ ਵੇਲੇ ਪੂਰਾ ਸੁਚੇਤ ਹੈ। ਜਿਹੜੀ ਫਲਾਈਟ ਦੇ ਵਿੱਚ ਇੱਕ ਪੋਜ਼ਿਟਿਵ ਆਇਆ ਸੀਗਾ ਜੀ, ਉਹਦੇ 'ਚ 104 ਦੱਸਿਆ ਜਾ ਰਿਹਾ ਸੀ ਕਿ ਲੋਕ ਸਵਾਰ ਸੀਗੇ, ਉਹਨਾਂ 'ਚੋਂ ਕੀ ਸਾਰੇ ਟਰੈਕ ਹੋ ਗਏ, ਕਿਉਂਕਿ 90 ਦੱਸਿਆ ਜਾ ਰਿਹਾ ਸੀ ਕਿ ਮਿਲ ਗਏ ਨੇ ਬਾਕੀਆਂ ਦਾ? ਨਹੀਂ, ਉਹਨਾਂ ਸਾਰਿਆਂ ਦਾ ਦੇਖੋ ਤਕਰੀਬਨ ਦੇਖੋ ਟਰੈਕ ਜਦੋਂ ਸਾਨੂੰ ਰਿਕਾਰਡ ਹੈ ਜਦੋਂ ਜਦੋਂ ਮਿਲੇ ਚੌਦੇ ਉਹਨਾਂ ਦੇ ਘਰਾਂ ਦੇ ਪੁਲਿਸ ਜਾ ਕੇ ਜਾਂ DC ਲੈਵਲ 'ਤੇ ਬੰਦੇ ਜਿਹੜੇ ਲਾਏ ਹੋਏ ਨੇ, ਕੁਛ ਥੋੜ੍ਹਾ ਜਿਹਾ ਨਾ ਜਿਹੜੇ ਬੰਦੇ ਬਾਹਰੋਂ ਆਏ ਨੇ ਉਹ ਡਰਦੇ ਨੇ ਵੀ ਸਾਨੂੰ ਉੱਥੇ ਜੇ ਵੀ ਆਬਜ਼ਰਵੇਸ਼ਨ ਰੱਖਣਗੇ ਕੋਈ ਆ, ਲੇਕਿਨ ਇਹੋ ਜਿਹੀ ਗੱਲ ਹੈ ਹੋਸਪਿਟਲ ਦੇ ਵਿੱਚ ਬਕਾਇਦਾ ਪ੍ਰੋਪਰ ਉਹਨਾਂ ਸਾਰਾ ਟ੍ਰੀਟਮੈਂਟ ਦਿੱਤਾ ਜਾਂਦਾ ਅਤੇ ਉਹਦੀ ਪੂਰੀ ਦੇਖ ਰੇਖ ਕੀਤੀ ਜਾਂਦੀ। ਸਾਰੇ ਟਰੈਕ ਹੋ ਗਏ ਜੀ, 104 ਦੇ ਚਾਰਜ ਨਹੀਂ, ਹਾਲੇ ਸ਼ਾਇਦ ਨਾ ਹੋਣ, ਲੇਕਿਨ ਸ਼ਾਮ ਤੱਕ ਰਿਪੋਰਟ ਮਿਲ ਜਾਏਗੀ ਸਾਰੀ। ਸਰ, ਜਿਸ ਤਰ੍ਹਾਂ ਦੇ ਨਾਲ ਅੱਜ ਮੀਟਿੰਗ ਹੋਈ, ਤੁਸੀਂ ਕਿਹਾ ਕਿ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਦਾ ਜਿਹੜਾ ਚਾਹੀਦਾ ਹੈ ਆਫੀਸਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਖਰੀਦਣ ਨੂੰ ਕਿਹਾ, ਪਹਿਲਾਂ ਉਹ 600 ਸਮਥਿੰਗ ਤੇ ਆਉਂਦੀ ਸੀ, ਹੁਣ 2200-2300 ਦੀ ਮਿਲਣ ਲੱਗ ਗਈ ਕਿੱਟ, ਪਰ ਉਹ ਜ਼ਰੂਰੀ ਹੈ ਖਰੀਦਣੀ ਇਮੀਡੀਏਟ, ਇਸ ਕਰਕੇ ਉਹਦਾ ਫੈਸਲਾ ਕੀਤਾ ਗਿਆ ਔਰ ਫਾਈਨੈਂਸ ਡਿਪਾਰਟਮੈਂਟ ਨੂੰ ਫੰਡਸ ਰਿਲੀਜ਼ ਕਰਨ ਵਾਸਤੇ ਰਿਕੁਐਸਟ ਕੀਤੀ। ਸਾਡੀ ਡਾਕਟਰਸ ਵਾਲੀ ਹੈ, ਜਿਵੇਂ ਸੈਨੇਟਾਈਜ਼ਰ ਵੀ ਹੈ, ਜਿਵੇਂ ਮਾਸਕ ਹੈ, ਉਹ 40-50 ਰੁਪਏ ਹੋ ਗਏ, ਉੱਥੋਂ ਤਾਂ 10 ਰੁਪਏ ਵਧੇ, ਪਰ ਉਹ ਕਿੱਟਸ ਦੱਸਿਆ ਗਿਆ ਵੀ ਇੱਕੋ ਦਮ ਬਹੁਤ ਉਹਨਾਂ ਦੇ ਰੇਟ ਵੱਧ ਗਏ। ਔਰ ਦੇਖੋ 1000 ਦਾ 1000 ਕਿੱਟ ਦਾ ਜਿਹੜਾ ਆਰਡਰ ਭੇਜਤਾ, ਬਾਕੀ ਵੀ ਹੋਰ ਅਸੀਂ ਭੇਜ ਰਹੇ ਹਾਂ। ਬਾਕੀ ਬਾਅਦ ਸਟੇਟਾਂ ਜੰਮੂ ਕਸ਼ਮੀਰ ਵਗੈਰਾ